ਅਸਲਾਮ ਵਾਲੇਕੁਮ ਦੋਸਤੋ, ਮੈਂ ਤੁਹਾਡਾ ਵੀਰ ਬਾਵਾ ਜੀ। ਇਸ ਬੰਦੇ ਦੀ ਤੁਹਾਨੂੰ ਬੋਲ ਕੋਈ ਆ ਵੱਡੇ ਮੋਹ। ਅਸਲਾਮ ਵਾਲੇਕੁਮ ਜੀ, ਠੀਕ ਹੋ? ਅੱਛਾ ਦੋਸਤੋ, ਅੱਜ ਅਸੀਂ ਜਾ ਰਹੇ ਹਾਂ ਬੁਆਣੇ। ਤੁਹਾਨੂੰ ਪਤਾ ਨਾ ਉੱਥੇ ਚੈਨਲ 'ਤੇ ਕੰਮ ਕਰਦੇ ਹਾਂ ਪਿਆ, ਅਤੇ ਇਹ ਸਾਡਾ ਅੱਜ ਦਾ ਜਿਹੜਾ ਵਲੌਗ ਹੈ ਨਾ, ਇਹ ਤੁਸੀਂ ਵੇਖਣਾ ਪੂਰਾ, ਕਿਉਂਕਿ ਅਸੀਂ ਮਿਲ ਰਹੇ ਹਾਂ ਸੰਨੀ ਜੱਪਾ ਅਤੇ ਉਹ ਖੰਨਾ ਨਹੀਂ ਹੋਈ ਇੱਕ ਦੂਜੇ ਡੱਕੇ ਦੇ ਅੰਦਰ ਅਤੇ ਡਾਂ ਦਿਨ ਚਿਕੜੇ 'ਚੋਂ, ਉਹਨਾਂ ਦੇ ਨਾਲ ਵੀ ਸਾਡੀ ਮੁਲਾਕਾਤ ਹੈ। ਅਤੇ ਵੀਡੀਓ ਤੁਸੀਂ ਪੂਰੀ ਵੇਖਣੀ, ਬਾਕੀ ਗੱਲ ਹੈ ਮੌਸਮੀ ਦੀ ਇੱਕ ਅੱਖ ਸੁੱਜੀ ਹੋਈ ਹੈ, ਇਸ ਤੋਂ ਸਿਰਫ ਸਮੇਂ ਯਾਰ ਪੁੱਛੋ ਬਈ ਹੋਇਆ ਕਿ ਹੁਣ ਦੱਸਣ ਉਹਨੇ ਨਾ ਰਿਹਾ, ਮੈਂ ਤਾਂ ਇੰਨਾ ਦਰ ਮੈਂ ਗੱਲ ਨਾ ਦੱਸੀ। ਦੱਸੋ ਦੋਸਤੋ, ਮੈਂ ਬਾਵੇਂ ਤਾਂ ਸਿੱਧੀ ਗੱਲ ਦੱਸੀ, ਕੋਈ ਨਹੀਂ ਤੁਹਾਨੂੰ ਸਿੱਧੀ ਗੱਲ ਦੱਸਣੀ, ਮੈਂ ਮਰੀ ਵਿਆਂ ਗਲਤੀ ਆਪਣੀ ਤੋਂ। ਮੈਂ ਘਰੋਂ ਦੂਜੀ ਵਾਰੀ ਸਾਲਣ ਮੰਗ ਬੈਠਾ ਤੋਂ ਨਾ ਫੂਕਣੀ ਚਾਹੀ ਅਤੇ ਆਹ ਮੈਨ ਮਾਰੀ ਨਾ ਮੇਰੀ ਅੱਖ ਸੁੱਜ ਗਈ। ਆਹ ਹਕੀਕਤ ਹੈ, ਹੁਣ ਜੀ ਇਸ ਡੇਮੂਆਂ 'ਤੇ ਮੁਕਾਲਾ ਮਰਨਾ ਹੈ, ਬਸ ਮੱਖੀ ਲੜੀ ਡੇਮੂ ਲੜਿਆ, ਉਹ ਸਭ ਬਕਵਾਸ, ਐਸੀ ਕੋਈ ਗੱਲ ਹੀ ਨਹੀਂ ਹੈ। ਉਂਝ ਤਾਂ ਮੈਂ ਸਾਰਿਆਂ ਨੂੰ ਦੱਸਿਆ ਵਾ, ਮੈਂ ਡੇਮੂ ਲੜਿਆ ਬਾਰ ਅਲ ਖੋਜੀ ਜਦ ਬਿਜ਼ਤੀ ਵੀ ਆਉਂਦੀ ਹੈ, ਅਤੇ ਤੁਹਾਨ ਮੈਂ ਗੱਲ ਸੱਚੀ ਦੱਸਣੀ ਆਈ, ਮੈਨ ਲੱਗੀ ਹੈ ਫੂਕਣੀ। ਕੈਮਰੇ ਵੱਲੋਂ ਵੇਖਿਆ ਕਰੋ, ਉਹ ਇਹ ਕਰ ਦਿੰਦਾ। ਹਾਂ, ਮੈਨ ਲੱਗੀ ਹੈ ਫੂਕਣੀ ਅਤੇ ਲੱਗੀ ਬੜੀ ਡਾਢੀ ਜੇ, ਅਤੇ ਬਚ ਬਚਾ ਕੇ ਦੂਜੀ ਵਾਰੀ ਸਾਲਣ ਤੁਸੀਂ ਵੀ ਘਰੋਂ ਨਾ ਮੰਗਿਆ, ਫੂਕਣੀ ਲੱਗ ਪੈਂਦੀ ਹੈ। ਮੈਂ ਤਾਂ ਇਸ ਤੋਂ ਤੁਹਾਨੂੰ ਸੱਚੀ ਗੱਲ ਹਾਂ, ਅਤੇ ਸਾਡੇ ਨਾਲ ਨਾਲ ਰਹਿਣਾ ਪੂਰੇ ਜਿਹੜਾ ਰਸਤਾ ਹੈ ਨਾ, ਰਸਤੇ ਵਿੱਚ ਕਾਫੀ ਸਟਾਫ ਨੂੰ ਇਨਸ਼ਾਅੱਲਾ ਤੁਹਾਨੂੰ ਪੂਰਾ ਮਜ਼ਾ। ਹੋਰ ਤੁਹਾਨੂੰ ਢੇਰ ਸਾਰੇ ਟਿਕਟੋਕਰਾਂ ਨਾਲ ਮਿਲਾਉਣਾ, ਅਤੇ ਜਿਹੜਾ ਹੈ ਨਾ ਖੰਨਾ, ਉਹਦੀਆਂ ਪੜਤਾਲੀਆਂ ਵੀ ਵਿਖਾਉਣੀਆਂ, ਤੱਲੂ ਨਾਲ ਵੀ ਅੱਜ ਤੁਹਾਡੀ ਮੁਲਾਕਾਤ ਕਰਾਉਣੀ। ਤੋ ਚੌਕੀ ਬਾਗਟ ਆ ਜਿਹੜਾ ਪਿੱਛੇ ਲੱਗ ਗਿਆ ਹੈ, ਹੁਣ ਅਸੀਂ ਅੱਗੋਂ ਮੰਗਣੀ ਵਾਲੀ ਪੁਲੀ ਤੋਂ ਅੱਗੇ ਟੱਪੇ ਹਾਂ, ਅਤੇ ਅਗਾਂਹ ਰਵਾਂ ਦਵਾਂ ਉੱਥੇ ਬਹੁਤ ਮੇਰੀ ਐਨਕ ਦਾ ਨਾ ਪੇਚ ਡਹਿ ਗਿਆ। ਹੁਣ ਇਸ ਤੋਂ ਪੁੱਛੋ ਹੋਇਆ ਕੀ ਹੈ? ਉਹ ਮੇਰੀ ਐਨਕ ਦਾ ਪੇਚ ਡਹਿ ਗਿਆ, ਮੇਰੀ ਐਨਕ ਦਾ ਪੇਚ ਡਹਿ ਗਿਆ। ਉੱਥੇ ਐਨਕਾਂ ਵਾਲੀ ਦੁਕਾਨ 'ਤੇ ਗਏ ਹਾਂ, ਬਈ ਆ ਪੇਚ ਪਾ ਦਿਓ। ਕੈਮਰੇ ਤੋਂ ਉਹਨਾਂ ਜਿਸ ਵੇਲੇ ਪੇਚ ਪਾਇਆ, ਉਹਨਾਂ ਸਕੂਟਰ ਦੇ ਚੈਨ ਕਵਰ ਦੇ ਟਾਪੇ ਦਾ ਪੇਚ ਪਾ ਛੱਡਿਆ। ਹੁਣ ਤੁਸੀਂ ਹਾਲਾਤ ਦੁਨੀਆ ਦੇ ਵੇਖੋ, ਉਹਨਾਂ ਨੂੰ ਚਿੱਟੀ ਦਿਹਾੜ ਇਤਨਾ ਪਤਾ ਨਹੀਂ ਲੱਗਾ ਬੈ ਇਹਨਾਂ ਦਾ ਪੇਚ ਕਿੱਡਾ ਹੁੰਦਾ ਅਤੇ ਸਕੂਟਰ ਦੇ ਚੈਨ ਕਵਰ ਦਾ ਪੇਚ ਕਿ। ਅੱਜ ਕੱਲ੍ਹ ਤਾਂ ਮਿਸਤਰੀ ਵੀ ਨਾ ਇੰਝ ਯਾਰਦੇ ਹੀ ਹੈ ਨਾ, ਅਤੇ ਅੱਲਾ ਬਚਾਏ ਅਸੀਂ ਹੁਣ ਨਹਿਰ ਦੇ ਨਾਲ ਨਾਲ ਲੱਗੇ ਹੋ, ਇੰਜੀ ਨਾ ਉਹਨਾਂ ਵੀਡੀਓ ਬਣੀਦੀਆਂ ਸਣ ਗੋਤੇ ਦੇ ਵਿੱਚ ਹੁੰਦੇ ਪਏ ਹੋ ਡੱਡੂਆਂ ਨਾਲ। ਦੋਸਤੋ, 54 ਚੱਕੇ ਦੇ ਵਿੱਚੋਂ ਆਏ ਹਾਂ, ਆਖਿਆ ਬਈ ਇੱਥੇ ਇੱਕ ਇਮਤਿਆਜ਼ ਹੈ ਜਿਹੜਾ ਵਹਿਣ ਕਰਿੰਦਾ ਉਹ ਮੀਟਰ ਨਾਲ ਬਿਜਲੀ ਵਾਲਿਆਂ ਅਤੇ ਚਬਾਹ ਹੋਰਾਂ ਸਾਰਿਆਂ ਨੂੰ ਉਹਨੂੰ ਮਿਲੀਏ। ਮੌਸਮੀ ਆਤਾ ਯਾਰ ਉੱਥੇ ਨਹੀਂ ਬਹਿਣਾ, ਹੁਣ ਇਸ ਕੋਲ ਪੁੱਛੋ ਉਹਦੇ ਐਡਾ ਜੀ ਵੱਡਾ ਸਟਾਰ ਵਿਹਲੀ ਵੀ ਇਹ ਵਿਰਾਹ ਸਾਡਾ, ਉਹ ਤੂੰ ਕਿਉਂ ਨਹੀਂ ਗਿਆ ਉਹਦੇ ਵਿੱਚ? ਵਜ੍ਹਾ ਇਹ ਪਏ ਅਸਾਂ ਉਹਦੇ ਕੋਲ ਵਹਿੰਦਿਆਂ ਵਹਿਣਾ ਤੋਂ ਸਟਾਰਟ ਗੱਦ ਕੇ ਤੇ ਆਖਣਾ ਪਹਿਲੋ ਤੇ ਗੱਦੀਏ ਨਾ ਫੂੜੀ ਤੇ ਕਰੀਏ ਵਹਿਣ, ਅੱਜ ਹੁਣ ਸਾਡਾ ਰੋਣੇ ਪਿੱਟਣੇ ਤੇ ਦਿਲ ਕੋਈ ਨਾ, ਇਸ ਵਾਸਤੇ ਨਾ ਗਏ ਬਾਵੇ ਤੇ ਸਮਝ ਨਹੀਂ ਆਉਂਦੀ ਗੱਲ। ਚਲੋ ਵਾਪਸੀ ਤੇ ਉਹਨੂੰ ਜ਼ਰੂਰ ਮਿਲਣਾ, ਮੇਰਾ ਤਾਂ ਵੱਡਾ ਵਿਰਾਹ, ਮੈਂ ਤਾਂ ਉਸ ਤੇ ਗੱਲ ਲੱਗਣਾ ਹੀ, ਮੈਂ ਤਾਂ ਲੱਗਣਾ ਕੋਈ ਰੋਡ ਵਿਕਾਸ ਰਹਿ ਪੈਣਾ, ਪਤਾ ਲੱਗੇ ਕਿੱਥੇ ਐਵੇਂ ਤੇ ਪਿਓ ਜਨਾਬ ਰੋਡ ਇਹ ਚਨਿਓਟ ਜਾ ਰਿਹਾ ਚਨਿਓਟ। ਲੈ ਬਾਈ ਦੋਸਤੋ, ਹੁਣ ਅਸੀਂ ਪਹੁੰਚ ਗਏ ਹਾਂ ਚਨਾਬ ਨਗਰ, ਅਤੇ ਮੌਸਮੀ ਦੀ ਅੱਖ ਤੁਹਾਨੂੰ ਅੱਗੇ ਪਤਾ ਸੁੱਜੀ ਹੋਈ ਹੈ, ਅਤੇ ਇੱਥੇ ਆਪਣਾ ਹੈ ਡਾਕਟਰ ਨੂਰੀ, ਮੇਰਾ ਦਿਲ ਹੈ ਅੱਖ ਹੁਣ ਚੈੱਕ ਕਰਵਾ ਲਈਏ, ਕੀ ਆਦੇ ਹੋ ਕਰਵਾ ਨਾ ਲਈਏ ਮੌਸਮੀ? ਜਿਵੇਂ ਦਿਲ ਲਈ ਬਾਬਾ, ਹੁਣ ਤੋੜ ਆਪਣੇ ਵਾਸਤੇ ਆਪਰੇਸ਼ਨ ਹੀ ਆਈਏ ਨਿੱਕਾ ਜਿਹਾ ਮਾੜਾ ਜਿਹਾ ਉਹ ਭੈਣਾ, ਫੂਕਣੀ ਨਾਲ ਜੇ ਉਹ ਗੁਬਾਰੇ ਆ ਰੋ ਗਈ ਹੋਈ ਜੇ ਠੀਕ ਹੋ ਸਕਦੀ ਹੈ ਤੇ ਕਰਾ ਛੱਡ, ਹੁਣ ਮੈਂ ਜੇ ਚੋਂ ਦਿਸਦਾ ਵੀ ਕੁਝ ਨਹੀਂ। ਹੁਣ ਇਹ ਚਨਾਬ ਨਗਰ ਅਸਾਂ ਕ੍ਰਾਸ ਕਰਨਾ ਤਾਂ ਅੱਗੇ ਜਨਾਬ ਚਨਿਓਟ ਆ ਰਿਹਾ, ਨਿਕਲਦੇ। ਅੱਛਾ ਦੋਸਤੋ, ਹੁਣ ਅਸੀਂ ਪਹੁੰਚ ਗਏ ਹਾਂ ਚਨਿਓਟ ਵਾਲੀ ਉਸ ਪੁਲ 'ਤੇ, ਅਤੇ ਜਿੱਥੇ ਚਾਂਦ ਬਲੋਚ ਸਲੋਮੋ ਬਣਾਉਂਦਾ ਹੈ, ਵੇ ਤਾਂ ਪਿਓ ਪਿੱਛੇ ਹੈ ਇੱਥੇ ਨਹੀਂ ਬਣੀਦਾ, ਅਤੇ ਅਸੀਂ ਪਹੁੰਚ ਗਏ ਹਾਂ ਚਾਂਦ ਕੋਲ, ਅਤੇ ਚਾਂਦ ਅੱਜ ਕੋਈ ਨਹੀਂ ਸਾਡੇ ਨਾਲ, ਉਹਦੇ ਨਾਲ ਟਾਈਮ ਨਹੀਂ ਬਣ ਸਕਿਆ ਸਾਡਾ, ਉਹ ਮਸਰੂਫ ਆਈ। ਅਤੇ ਹੁਣ ਬਾਵੇ ਹੋਰੀ ਕਰਮ ਵਾਲੇ ਜਿਹੜੇ ਨੇ ਜੋਏ ਖੜੇ ਨੇ, ਜਿਵੇਂ ਆ ਚਾਂਦ ਬਲੋਚ ਪਿੱਛੋਂ ਮੋਢੇ 'ਤੇ ਆਖ ਧਰੀ ਖੜਾ ਵੇ, ਇਸ ਹੱਥ ਵਿੱਚ ਤੋਂ ਉਸ ਹੱਥ ਵਿੱਚ ਬੜਾ ਫਰਕ ਹੈ, ਆਪਣਾ ਹੱਥ ਡੋਲ ਚਾਲ ਹੈ।
ਚੱਲ ਅੱਗਾ ਅਤੇ ਬਾਕੀ ਆ ਪਿੱਛੇ ਕਿ ਡੋਲੀਆਂ ਉਹ ਡੋਲੀਆਂ ਵੇਖਦਾ ਪਿਆ ਪਿੱਛੇ ਉਹ ਸੰਦੂਕੜੀਆਂ ਜਾਈਆਂ ਹਾਂ ਉਹਦੇ ਵਿੱਚ ਮੋਜ਼ਮੀਨ ਨੂੰ ਝੂਟਾ ਦੇਣਾ ਇੱਥੋਂ ਦਰਿਆ ਕ੍ਰਾਸ ਕਰਨਾ ਮੈਂ ਤਾਂ ਬਹਿਣਾ ਕੋਈ ਨਹੀਂ ਮਤਲਬ ਬਹਿਣੇ ਤੋਂ ਪਹਿਲਾਂ ਪੈਂਪਰ ਲਾਉਣਾ ਪਾਉਣਾ ਜੇ ਮੇਰੀ ਛੋਟੀ ਸ਼ੀ ਵਿੱਚ ਹੀ ਨਿਕਲਦਾ ਬੜਾ ਡਰ ਹੁੰਦਾ ਅਸੀਂ ਪਿੱਛਾ ਚਾਟ ਕੇ ਕੋਈ ਸਿਰ ਪਾਉਂਦੇ ਵਿੱਚ ਬਵਾਲੀਆਂ ਉਸ ਨਹੀਂ ਗਈਆਂ ਵੱਧ ਅੱਗਾਂ ਅੱਗਾਂ ਵਿੱਚ ਡੱਡੂ ਵੇਖਣੇ ਨਹੀਂ ਵਿੱਚ ਦੋਸਤੋ ਆਏ ਦੋਸਤੋ ਆਵੇ ਤਾਂ ਪਏ ਵਾ ਛਿੱਕਾਂ ਜਿਹੀਆਂ ਇਹ ਜਨਾਬ ਪੁਲ ਦੇ ਥੱਲੇ ਲੱਗਦੀ ਪਈ ਹੈ ਰੇਲ ਗੱਡੀ ਦੀ ਲਾਈਨ ਰੇਲ ਗੱਡੀ ਵੀ ਇੱਥੋਂ ਗੁਜ਼ਰਦੀ ਹੈ ਉੱਤੋਂ ਸਾਡੇ ਜਾ ਗੁਜ਼ਰਦੇ ਜੇ ਇੰਨੀਆਂ ਕਿੰਨੀਆਂ ਰੇਲ ਗੱਡੀ 'ਤੇ ਲੈਣੀ ਤਾਂ ਬੰਦਾ ਗੁਜ਼ਰੇ ਵੱਧ ਤੋਂ ਉਂਝ ਹੀ ਗੁਜ਼ਰ ਪੈਂਦਾ ਇਹ ਥੋੜ੍ਹਾ ਧਿਆਨ ਕੀਤਾ ਕਰੋ ਵੀਡੀਓ ਸੈਲਫੀਆਂ ਬਣਾਉਣ ਲੱਗੀਆਂ ਬੜੀ ਅਹਤਿਆਤ ਕਰਨੀ ਪਾਉਣੀ ਇੰਡੀਆ ਵਾਲਿਆਂ ਸਾਰਾ ਪਾਣੀ ਜਿਤਨਾ ਉਹ ਸਾਰਾ ਛੱਡ ਦਿੱਤਾ ਹੈਲੋ ਬਈ ਦੋਸਤੋ ਅਸੀਂ ਪਹੁੰਚ ਗਏ ਹਾਂ ਤੁਹਾਨੂੰ ਦੱਸਿਆ ਮੈਂ ਅੱਜ ਸਟਾਰਾਂ ਨਾਲ ਮੁਲਾਕਾਤ ਵੀ ਤੁਹਾਡੀ ਕਰਾਉਣੀ ਹੈ ਅਸੀਂ ਸੰਨੀ ਜੱਪੇ ਕੋਲ ਪਹੁੰਚ ਗਏ ਹਾਂ ਖੰਨਾ ਜਿਹੜਾ ਉਹ ਅਜੇ ਲੱਭਦਾ ਕੋਈ ਨਹੀਂ ਪਿਆ ਉਹ ਕਿ ਨਹੀਂ ਆਇਆ ਕਿਸੇ ਖੁਰਲੀ ਥੱਲੇ ਵੜ ਗਿਆ ਸਾਨੂੰ ਵੇਖ ਕੇ ਬਈ ਆਪਦਾ ਕੋਈ ਵੀਡੀਓ ਬਣਾਉਣ ਵਾਲੇ ਨੂੰ ਕਿਉਂਕਿ ਉਹਨੂੰ ਕੋਈ ਨਹੀਂ ਪਤਾ ਬਾਬਾ ਵੀ ਉਰੇ ਆ ਰਹੇ ਅਤੇ ਸੰਨੀ ਬਾਈ ਉਹਨੇ ਸਾਨੂੰ ਪਹਿਚਾਣ ਲਿਆ ਤਾਂ ਉਹ ਮਿਲ ਗਏ ਨੇ ਅਤੇ ਇਹ ਜਨਾਬ ਅਸੀਂ ਪਹੁੰਚ ਗਏ ਹਾਂ ਤਾਂ ਉਹ ਜਨਾਬ ਖੰਨੇ ਨੇ ਵੀ ਖੁਰਲੀ 'ਚੋਂ ਕੱਢ ਲਿਆ ਨਾ ਥੱਲੇ ਨਾਲ ਜਨਾਬ ਇਹ ਸੰਨੀ ਬਾਈ ਨੇ ਸੰਨੀ ਬਾਈ ਕਿਹਾ ਲੱਗਾ ਤੁਹਾਨੂੰ ਮੁਲਾਕਾਤ ਕਰਕੇ ਭਾਈ ਜਾਨ ਭਾਈ ਹਸਨੈਨ ਆਲ ਮਰੂਮ ਬਾਵਾ ਜੀ ਜੀ ਆ ਯਾਰ ਤੁਹਾਨੂੰ ਮਿਲ ਕੇ ਬੜਾ ਮਜ਼ਾ ਆਇਆ ਹੈ ਬਹੁਤ ਮਿਹਰਬਾਨੀ ਭਾਈ ਮੋਜ਼ ਮੇ ਵੀ ਆਨ ਬਿਲਕੁਲ ਤੇ ਅਸਾਂ ਤਾਂ ਤੁਹਾਨੂੰ ਦੂਰੋਂ ਹੀ ਪਛਾਣ ਲਿਆ ਕਿ ਸਾਡੇ ਵਿਰਾ ਆਉਂਦੇ ਪੈਣ ਤੇ ਤੁਹਾਨੂੰ ਮਿਲ ਕੇ ਇਮਾਨਦਾਰੀ ਦੀ ਗੱਲ ਹੈ ਬੜਾ ਸਕੂਨ ਨਹੀਂ ਨਹੀਂ ਅਸਾਂ ਵੀ ਅੱਜ ਘਰੋਂ ਨੀਤ ਕਿਹਾ ਸੀ ਬਸ ਸਪੈਸ਼ਲ ਭਾਈ ਹੋਰਾਂ ਮਿਲਣਾ ਸੀ ਵੀ ਤੁਹਾਡੇ ਬੜੇ ਫੈਨ ਆ ਖਾਸ ਤੌਰ ਤੇ ਆਹ ਬੰਦਾ ਜਿਹੜਾ ਨਹੀਂ ਆਵੇ ਖੰਨਾ ਇਹ ਹਰ ਬੰਦੇ ਨਾਲ ਹੀ ਖੰਨਦਾ ਹੈ ਜਿਤਨੇ ਵੀ ਸਟਾਰ ਆਏ ਜੋ ਬੰਦਾ ਆਇਆ ਇਸ ਨਹੀਂ ਵੇਖਿਆ ਸੱਜੇ ਖੋਬੇ ਇਸ ਹਰ ਬੰਦੇ ਨੇ ਡਾਇਆ ਹੁਣ ਅੱਜ ਅੱਲਾ ਜਾਣੇ ਨਾ ਸਾਡੇ ਨਾਲ ਇਸ ਕੇ ਕਰਨਾ ਚਿੱਕੜ ਵੀ ਰਾਜ ਰਾਏ ਤੇ ਕੱਪੜੇ ਸਾਡੇ ਕੋਲੋਂ ਰਹਿਣ ਕੋਈ ਬਲਾ ਵੀ ਵੱਡੀ ਪਾਉਂਦੀ ਹੈ ਬਲਾ ਤਾਂ ਹਰ ਜਾਈ ਹਰ ਬੂਟੀ ਵਿੱਚੋਂ ਨਿਕਲਦੀ ਨਾ ਜਿਹੜੀ ਅਨਪੜੀ ਰੜੀ ਜਿਹੜੀ ਘੱਟ ਛੱਡੇਂਦੀ ਅੱਗੇ ਆ ਗੱਠੀ ਦੀਆਂ ਗਾਂ ਖਾਣੀਆਂ ਤੇ ਜੋਲੀ ਇਹ ਭਰੀ ਵੱਧਦਾ ਹੁਣ ਜ਼ਾਹਰੀ ਗੱਲ ਹੈ ਸੰਨ ਛੱਡੇਂਦੇ ਹੀ ਕੰਨਿਆ ਬੰਦਿਆਂ ਨੂੰ ਉਠਾਉਣਾ ਤੈਨੂੰ ਬਾਈ ਉਠਾਉਣਾ ਮੈਂ ਹਲੋ ਹਾਂ ਮੋੜ ਸਾਡਾ ਅੰਜ ਪਰਾਣ ਇੱਕ ਵੀ ਨਹੀਂ ਰਾਣਾ ਹਲੋ ਤੁਸੀਂ ਬਣਾ ਜਾਣਦੇ ਹੋ ਹੋਰ ਜਿਹੜਾ ਗਰੀਬ ਤੁਹਾਡੇ ਅਟੜੇ ਚੜਿਆ ਨਾ ਉਹਦਾ ਕਿਸੇ ਦੀ ਲੱਤ ਕੋਈ ਨਹੀਂ ਦੇਣਾ ਪਾਣੀ ਦਾ ਘੋਟ ਵੀ ਕਿਸੇ ਨੂੰ ਥੋੜਾ ਥੋੜਾ ਢਾਲ ਹੀ ਸਾਂ ਢੇਰ ਦੇ ਛੱਡੇ ਠੀਕ ਹੈ ਦੋਸਤੋ ਇੱਥੋਂ ਅਸੀਂ ਨਿਕਲਣ ਲੱਗੇ ਹਾਂ ਅੱਗਾ ਮਜ਼ੀਦ ਬੁਆਣੇ ਪਹੁੰਚਣ ਵਾਲੇ ਹਾਂ ਤਾਂ ਉੱਥੇ ਪਹੁੰਚ ਕੇ ਨਵੀਂ ਅੱਗੇ ਸਟੋਰੀ ਤੁਹਾਨੂੰ ਵਿਖਾਈਨੇ ਹਾਂ ਬਹੁਤ ਸ਼ੁਕਰੀਆ